ਸਿੱਧ ਫਕੀਰਾਂ ਨੇ ਵਾਲਾ ਜੋਗੀ
ਅੱਲਾ ਦੀਆਂ ਸਿਫਤਾਂ ਗਾਉਂਦਾ ਏ ਇੱਕ ਤੂੰਬੇ ਵਾਲਾ ਜੋਗੀ ਅੱਲਾ ਦੀਆਂ ਸਿਫਤਾਂ ਗਾਉਂਦਾ ਏ ਸੂਰਜ ਵਾਂਗੂ ਡਗਦਾ ਏ ਗਲ ਚ ਤਸਬੀਆਂ ਪਾਈਆਂ ਨੇ ਲੰਬਾ ਦਰ ਛੱਡਿਆ ਪਗਦਾ ਏ ਉਹਨੂੰ ਚੜਿਆ ਰੰਗ ਇਬਾਦਤ ਦਾ ਮੁੱਖ ਸੂਰਜ ਵਾਂਗੂ ਡਗਦਾ ਏ ਗਲ ਚ ਤਸਬੀਆਂ ਪਾਈਆਂ ਨੇ ਲੰਬਾ ਦਰ ਛੱਡਿਆ ਪਗਦਾ ਏ ਵਾਲੀ ਮਾਂ ਹੋ ਇਹ ਜਿਗਰ ਦਾ ਟੁਕੜਾ ਜਿਸਦਾ ਏ ਕਦੇ ਵਾਰਸ ਸ਼ਾਹ ਜਿਹਾ ਲੱਗਦਾ ਏ ਕਦੇ ਬੁੱਲੇ ਸ਼ਾਹ ਜਿਹਾ ਦਿਸਦਾ ਏ ਉਹ ਭਾਗਾਂ ਵਾਲੀ ਮਾਂ ਹੋ ਇਹ ਜਿਗਰ ਦਾ ਟੁਕੜਾ ਜਿਸਦਾ ਏ ਸਿਫਤਾਂ ਗਾਉਂਦਾ ਏ ਇੱਕ ਤੂੰਬੇ ਵਾਲਾ ਜੋਗੀ ਅੱਲਾ ਦੀਆਂ ਸਿਫਤਾਂ ਗਾਉਂਦਾ।
करिया नूरी गौरी बेड़े पार दिखांदे पीर बहो दीन जकरिया दुख क्लेश मिटांदे चर्चा जग उते तेरी शान द मेरा दर्शन मन लोचे मेरा
ਦੇ ਦਰ ਤੇ ਇੱਕ ਗੁਲਾਮ ਆਇਆ। ਕਹਿਣ ਲੱਗਿਆ, ਹਜ਼ੂਰ ਮੈਂ ਬਹੁਤ ਗਰੀਬ ਹਾਂ, ਮੇਰੇ ਹੱਕ 'ਚ ਦੁਆ ਕਰੋ, ਮੇਰਾ ਕੰਮ ਚੱਲ ਜਾ। ਹਜ਼ੂਰ ਨੇ ਕਿਹਾ ਕਿ ਤੂੰ 11ਵੀਂ ਦਾ ਖਤਮ ਦੁਆਇਆ ਕਰ ਪਿੰਡ ਆ ਕੇ। 11ਵੀਂ ਦਾ ਖਤਮ ਜਦੋਂ ਦੁਆਇਆ ਤਾਂ ਪਿੰਡ ਵਾਲੇ ਲੋਕਾਂ ਨੇ ਉਹਦਾ ਵਿਰੋਧ ਕੀਤਾ। ਉਹਨੂੰ ਕਹਿਣ ਲੱਗੇ ਕਿ ਇੱਕ ਵਾਰੀ ਤੈਨੂੰ ਛੱਡ ਦਿੱਤਾ, ਮੁੜ ਕੇ ਏਦਾਂ ਦਾ ਕੰਮ ਨਾ ਕਰੀ। ਉਹ ਫੇਰ ਸਰਕਾਰ ਕੋਲ ਆਇਆ, ਆ ਕੇ ਕਹਿਣ ਲੱਗਿਆ, ਹਜ਼ੂਰ ਤਮਾਮ ਲੋਕੀ ਮੈਨੂੰ ਖਤਮ ਦੋਣ ਤੋਂ ਰੋਕਦੇ ਆ। ਹਜ਼ੂਰ ਕਹਿਣ ਲੱਗੇ, ਤੈਨੂੰ ਇੱਕ ਤੋਂ ਰੋਕਦੇ ਆ, ਤੂੰ ਦੋ ਦਵਾਇਆ ਕਰ। ਬੜਾ ਕੁੱਟਿਆ, ਬੜਾ ਮਾਰਿਆ। ਹਜ਼ੂਰ ਕੋਲ ਫਿਰ ਚਲਾ ਗਿਆ, ਕਹਿਣ ਲੱਗਿਆ, ਹਜ਼ੂਰ ਉਹ ਲੋਕਾਂ ਨੇ ਮੈਨੂੰ ਬੜਾ ਕੁੱਟਿਆ, ਬੜਾ ਮਾਰਿਆ। ਹਜ਼ੂਰ ਕਹਿਣ ਲੱਗੇ, ਤੈਨੂੰ ਦੋ ਤੋਂ ਰੋਕਦੇ ਆ, ਤੂੰ ਤਿੰਨ ਦਵਾਇਆ ਕਰ। ਜਦੋਂ ਉਹਨੇ ਆ ਕੇ ਤਿੰਨ ਖਤਮ ਦਵਾਏ, ਉਹ ਤਮਾਮ ਲੋਕ ਇਕੱਠੇ ਹੋ ਕੇ ਲੰਬੜਦਾਰ ਦੇ ਪੇਸ਼ ਹੋ ਗਏ। ਲੰਬੜਦਾਰਾ, ਇੱਕ ਬੰਦਾ ਸਾਡੀ ਸ਼ਰ੍ਹਾ ਤੋਂ ਖਿਲਾਫ ਕੰਮ ਕਰਦਾ ਹੈ, ਫਿਰ ਨਾ ਆਖੀ। ਲੰਬੜਦਾਰ ਕਹਿੰਦਾ, ਉਹਨੂੰ ਪਿੰਡੋ ਬਾਹਰ ਕਰ ਦਿਓ। ਉਹਨੇ ਕੁੱਲੀ ਪਾ ਲਈ, ਉੱਥੇ ਵੀ 11ਵੀਂ ਦਾ ਖਤਮ ਦਵਾਇਆ। ਤਮਾਮ ਲੋਕੀ ਇਕੱਠੇ ਹੋ ਕੇ ਬਾਦਸ਼ਾਹ ਦੇ ਪੇਸ਼ ਹੋ ਗਏ ਕਿ ਬਾਦਸ਼ਾਹ, ਇੱਕ ਬੰਦਾ ਸਾਡੀ ਸ਼ਰ੍ਹਾ ਤੋਂ ਖਿਲਾਫ ਕੰਮ ਕਰਦਾ ਹੈ। ਬਾਦਸ਼ਾਹ ਕਹਿੰਦਾ, ਤੁਹਾਡਾ ਸਾਰਿਆਂ ਦਾ ਇੱਕੋ ਹੀ ਫੈਸਲਾ ਹੈ, ਉਹਨੂੰ ਹੱਥਾਂ 'ਚ ਹੱਥਕੜੀਆਂ, ਪੈਰਾਂ 'ਚ ਬੇੜੀਆਂ ਪਾ ਕੇ ਮੇਰੇ ਪੇਸ਼ ਕਰੋ। ਪੈਰਾਂ 'ਚ ਬੇੜੀਆਂ ਪਾ ਕੇ ਉਸ ਫਕੀਰ ਨੂੰ ਬਾਦਸ਼ਾਹ ਦੇ ਪੇਸ਼ ਕੀਤਾ। ਬਾਦਸ਼ਾਹ ਕਹਿਣ ਲੱਗਿਆ, ਫਕੀਰਾ ਤੈਨੂੰ ਫਾਂਸੀ ਤੇ ਲਟਕਾਇਆ ਜਾ ਸਕਦਾ। ਉਹ ਫਕੀਰ ਕਹਿਣ ਲੱਗਿਆ, ਬਾਦਸ਼ਾਹ ਤੂੰ ਮੈਨੂੰ ਮੌਤ ਦੀਆਂ ਧਮਕੀਆਂ ਨਾ ਦੇ, ਇਹ ਮੇਰੇ ਪੀਰ ਦਾ ਹੁਕਮ ਹੈ। ਬਾਦਸ਼ਾਹ ਕਹਿੰਦਾ, ਇਹਨੂੰ ਫਾਂਸੀ ਤੇ ਲਟਕਾ ਦਿਓ। ਜਦੋਂ ਉਸ ਫਕੀਰ ਨੂੰ ਫਾਂਸੀ ਦੇ ਤਖਤੇ ਤੇ ਲਟਕਾਇਆ, ਗਲ ਦੇ ਵਿੱਚ ਤੰਦੀ ਪਾ ਦਿੱਤੀ, ਬਾਦਸ਼ਾਹ ਨੇ ਹੁਕਮ ਦਿੱਤਾ, ਥੱਲਿਓ ਫੱਟਾ ਖਿੱਚਿਆ, ਗਲੇ ਚੋਂ ਤੰਦੀ ਟੁੱਟ ਗਈ। ਬਾਦਸ਼ਾਹ ਕਹਿੰਦਾ, ਦੂਜੀ ਮੰਗਾਓ। ਜਦੋਂ ਦੂਜੀ ਤੰਦੀ ਮੰਗਾਈ, ਗਲੇ ਦੇ ਵਿੱਚ ਪਾਈ, ਥੱਲਿਓ ਫੱਟਾ ਖਿੱਚਿਆ, ਤੰਦੀ ਦੂਜੀ ਵੀ ਟੁੱਟ ਗਈ। ਬਾਦਸ਼ਾਹ ਕਹਿੰਦਾ, ਬੜੀ ਪੁਰਾਣੀ ਸੀ, ਤੀਜੀ ਮੰਗਾਓ। ਜਦੋਂ ਤੀਜੀ ਤੰਦੀ ਮੰਗਾਈ, ਗਲੇ 'ਚ ਤੰਦੀ ਪਾਈ, ਥੱਲਿਓ ਫੱਟਾ ਖਿੱਚਿਆ, ਤੰਦੀ ਤੀਜੀ ਵੀ ਟੁੱਟ ਗਈ। ਉਹ ਫਕੀਰ ਨਾਰਾ ਮਾਰ ਕੇ ਕਹਿੰਦਾ, ਬਾਦਸ਼ਾਹ ਹੁਣ ਤੂੰ ਲੱਖ ਤੰਦੀਆਂ ਪਾ ਲੈ, ਹੁਣ ਮੈਂ ਫਾਂਸੀ ਨਹੀਂ ਲੱਗਣਾ, ਕਿਉਂਕਿ ਮੈਨੂੰ ਮੇਰੇ ਪੀੜ ਤੇ ਦੀਦਾਰ ਹੋ ਗਿਆ। ਹੱਥੀ ਹੱਥਕੜੀਆਂ ਪੈਰੀ ਬੇੜੀਆਂ ਕੈਦੀਆਂ ਵਾਂਗ ਬਣਾਇਆ। ਟੁੱਟ ਗਈ ਤੰਦੀ ਜਦ ਫਕੀਰ ਲਾਇਆ ਨਾਰਾ, ਟੁੱਟ ਗਈ ਤੰਦੀ ਜਦ ਫਕੀਰ।
ਬਾਦਸ਼ਾਹ ਕਹਿੰਦਾ ਕਿੱਥੇ ਹੈ ਤੇਰਾ ਪੀਰ? ਉਹ ਫਕੀਰ ਕਹਿੰਦਾ ਬਾਦਸ਼ਾਹ ਕਹਿੰਦਾ ਜੇ ਮੇਰਾ ਪੀਰ ਵੇਖਣਾ ਤਾਂ ਮੇਰੇ ਵਾਲੀ ਥਾਂ ਤੇ ਆ ਜਾ ਸਜਣਾ, ਓਏ ਅਸੀਂ ਮਰ ਕੇ ਯਾਰ ਦਾ ਦੀਦਾਰ ਕੀਤਾ, ਤੂੰ ਕਹਿੰਦਾ ਐਵੇਂ ਲੱਭ ਜਾਏਗਾ। ਬਾਦਸ਼ਾਹ ਨੂੰ ਬਾਹੋਂ ਫੜਿਆ ਸਰਕਾਰ ਦੇ ਕੋਲ ਲੈ ਗਿਆ, ਜਦੋਂ ਦੂਰ ਸਰਕਾਰ ਦਾ ਡੇਰਾ ਨਜ਼ਰ ਆਇਆ ਰੌਜੇ ਵੱਲ ਨੂੰ ਹੱਥ ਕਰਕੇ ਕਹਿਣ ਲੱਗਿਆ, ਓ ਦਿਸਦਾ ਜੀ ਮੇਰੇ ਪੀਰ ਦਾ ਦੁਆਰਾ, ਮੁਰਾਦਾ ਪਾਵੇਗਾ ਜੇ ਰਹਿਮਤ ਹੋ ਗਈ ਤੇਰੇ ਤੇ ਹਰ ਥਾਂ ਤੇ ਨਵਾਜ਼ਿਆ ਜਾਵੇਗਾ। ਦੂਜੀ ਕਵਾਲੀ, ਕੈਸਾ ਅਜਬ ਨਜ਼ਾਰਾ ਮੇਰੀ ਸਰਕਾਰ ਦਾ, ਉਹ ਮੇਰੇ ਸਾਈਂ ਦੀਆਂ ਬੱਕਰੀਆਂ ਸ਼ੇਰ ਚਾਰ ਦਾ। ਇਹਨਾਂ ਕਵਾਲੀਆਂ ਨੂੰ ਤੁਸੀਂ ਰੱਜ ਕੇ ਸੁਣਿਆ ਔਰ ਰੱਜ ਕੇ ਵਿਊ ਕੀਤੇ, ਮੇਰਾ ਮਾਣ ਤੁਸੀਂ ਬਹੁਤ ਉੱਚਾ ਕੀਤਾ, ਇਹਦੇ ਲਈ ਮੈਂ ਤੁਹਾਡਾ ਲੱਖ ਲੱਖ ਸ਼ੁਕਰ ਗੁਜ਼ਾਰ ਹਾਂ। ਜਿਹੜੇ ਲੋਕ ਬਾਬਾ ਬੁੱਢਣ ਸ਼ਾਹ ਜੀ ਦੇ ਦਰਬਾਰ ਤੇ ਗਏ ਹੈ ਉਹਨਾਂ ਨੇ ਜੋ ਦੁਆ ਕੀਤੀ ਉਹ ਮਨਜ਼ੂਰ ਹੋਈ ਹੈ, ਉਹ ਪੂਰੀ ਹੋਈ ਹੈ। ਇਸੇ ਕਰਕੇ ਅੱਜ ਤਮਾਮ ਸੰਤਾਂ ਬਾਬਾ ਬੁੱਢਣ ਸ਼ਾਹ ਜੀ ਦੇ ਪਿਆਰੇ ਇਹੋ ਹੀ ਗੱਲ ਗਾਉਂਦੇ ਫਿਰਦੇ ਨੇ ਕਿ ਸਾਈਂ ਬੁੱਢਣ ਸ਼ਾਹ ਜੀ ਦਾ ਡੇਰਾ ਨਹਿਰੋਂ ਪਾਰ, ਜਿੱਥੇ ਦੁਖੀਆਂ ਗਰੀਬਾਂ ਦੀ ਵੀ ਸੁਣੀ ਜਾਂਦੀ। ਸਾਈਂ ਬੁੱਢਣ ਸ਼ਾਹ, ਸਾਈਂ ਬੁੱਢਣ ਸ਼ਾਹ, ਸਾਈਂ ਬੁੱਢਣ ਸ਼ਾਹ ਜੀ ਦਾ ਡੇਰਾ ਨਹਿਰੋਂ ਪਾਰ, ਜਿੱਥੇ ਦੁਖੀਆਂ ਗਰੀਬਾਂ ਦੀ ਵੀ ਸੁਣੀ ਜਾਂਦੀ ਹੈ। ਆ ਕੇ ਵੇਖ ਲੈ ਝੋਲੀ ਭਰ ਜਾਂਦੀ, ਕਦੇ ਨਹੀਂ ਉਹ ਪੂਣੀ ਜਾਂਦੀ ਏ।